ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ। ਅਸੀਂ ਪਲ ਪਲ ਦੀ ਤਸਵੀਰਾਂ ਜਿਹੜੀਆਂ ਦੈਨਿਕ ਸਵੇਰਾ 'ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਆਨੰਦਪੁਰ ਸਾਹਿਬ ਤੋਂ। ਸੋ ਦੇਖਿਆ ਜਾਵੇ ਤਾਂ ਇੱਥੇ ਬੜੇ ਤਰ੍ਹਾਂ ਦੇ ਲੰਗਰ ਲੱਗੇ ਆ, ਵੱਖ ਵੱਖ ਤਰ੍ਹਾਂ ਦੇ ਮੈਡੀਕਲ ਕੈਂਪ ਲੱਗੇ ਆ। ਉੱਥੇ ਹੀ ਸਾਡੇ ਨਾਲ ਨੇ ਡਾਕਟਰ ਰਜਿੰਦਰ ਸਿੰਘ ਜੀ ਜਿੰਨ ਸੈਣੀ, ਜਿਨ੍ਹਾਂ ਨੇ ਇੱਕ ਸਕੂਟੀ ਦੇ ਉੱਤੇ ਹੀ ਪੂਰੀ ਐਂਬੂਲੈਂਸ ਬਣਾ ਕੇ ਅਤੇ ਸੇਵਾ ਕਰ ਰਹੇ ਨੇ। ਹਰ ਬਿਮਾਰੀ ਦਾ ਇਲਾਜ ਕੀਤਾ ਜਾ ਰਿਹਾ। ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ 5 ਤੋਂ ਵੱਧ ਇਸ ਮੇਲੇ ਦੇ ਵਿੱਚ ਹੀ ਹਾਰਟ ਪੇਸ਼ੈਂਟ ਜਿਹੜੇ ਹੈਗੇ, ਹਾਰਟ ਅਟੈਕ ਦੇ ਮਰੀਜ਼ ਸੀ, ਉਹਨਾਂ ਦਾ ਜਾਨ ਬਚਾ ਸਕੇ ਆ। ਸੋ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਡਾਕਟਰ ਸਾਹਿਬ, ਇਹ ਕਿਹੜੀ ਕਿਹੜੀ ਇਲਾਜ ਦਾ ਤੁਸੀਂ ਮਤਲਬ ਇਲਾਜ ਕਰਦੇ ਹੋ, ਕਿਹੜੀ ਕਿਹੜੀ ਬਿਮਾਰੀ ਦਾ, ਅਤੇ ਹੁਣ ਤੱਕ ਜਿਹੜੇ ਬਚਾ ਚੁੱਕੇ ਹੋ, ਜਿਨ੍ਹਾਂ ਦੀ ਜਾਨ ਹੋ, ਕਿਸ ਤਰੀਕੇ ਨਾਲ ਬਚਾ ਚੁੱਕੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਰਜਿੰਦਰ ਸਿੰਘ ਸੈਣੀ, ਸ਼੍ਰੀ ਗੁਰੂ ਤੇਗ ਬਹਾਦਰ ਬਲਟੀ ਸਪੈਸ਼ਲਿਟੀ ਹੋਸਪਿਟਲ ਵਾਧਵ ਸਾਹਿਬ ਵਿੱਚ ਜੋਬ ਕਰਦਾ। ਮੈਂ ਪਿਛਲੇ 14 ਸਾਲਾਂ ਤੋਂ ਡਾਕਟਰ ਸਾਹਿਬ ਦੇ ਕੋਲ ਜੋਬ ਕਰਦਾ। ਡਾਕਟਰ ਪਲਵਿੰਦਰ ਜੀ ਸੀ ਕੰਗ ਜੀਆ ਕੋ ਮੈਂ ਜੋਬ ਕਰਦਾ, ਅਤੇ 6 ਸਾਲਾਂ ਤੋਂ ਮੈਂ ਐਕਟਿਵ ਐਂਬੂਲੈਂਸ 'ਤੇ ਸੇਵਾ ਨਿਭਾ ਰਿਹਾ ਹਾਂ, ਅਤੇ 3 ਸਾਲਾਂ ਤੋਂ ਮੈਂ ਹੌਲੇ ਵੇਲੇ ਸੇਵਾ ਨਿਭਾਈ ਹੈ, ਜਿਹਦੇ ਵਿੱਚ ਇਸਵਾ ਮੈਨੂੰ 6 ਤੋਂ ਵੱਧ ਪ੍ਰੈਸ਼ਰ ਜੀਓ ਜਿਹੜੀ ਅਟੈਕ ਨਾਲ ਪ੍ਰਭਾਵਿਤ ਹੋਇਆ, ਵੀ ਅਟੈਕ ਆਇਆ ਜੀ, ਉਹਨਾਂ ਦੀ ਮੈਂ ਫਰੀ ਸੇਵਾ ਕੀਤੀ, ਫਸਟ ਏਡ ਦੇ ਕੇ ਉਹਦੀ ਜਾਨ ਬਚਾਈ ਹੈ। ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਸਿਰਫ ਹੋਲਾ ਮਹੱਲਾ ਸਾਹਿਬ 'ਤੇ ਆ ਕੇ ਹੀ ਸੇਵਾ ਕਰਦੇ ਹੋ ਜਾਂ ਹੋਰ ਕਿਸੇ ਈਵੈਂਟ ਦੇ ਉੱਤੇ ਵੀ ਕਰਦੇ ਹੋ? ਮੈਂ ਜਿਵੇਂ ਅਗਰ ਕਿਸੇ ਪਿੰਡ 'ਚ ਕੋਈ ਗੇਮਸ ਹੈ, ਜਿਵੇਂ ਕਬੱਡੀ ਹੈ ਜਾਂ ਛਿੰਝ ਹੈ ਜਾਂ ਕੋਈ ਸਕੂਲਾਂ 'ਚ ਗੇਮਾਂ ਹੁੰਦੀਆਂ, ਮੈਂ ਉੱਥੇ ਵੀ ਫਰੀ ਸੇਵਾ ਕਰ ਰਿਹਾ। ਅਤੇ ਜਿਵੇਂ ਕੋਈ ਹੋਰ ਸ਼ਾਇਦ ਐਸੀਅਤ ਹੋ ਜਾਂਦਾ, ਉਹਦੀ ਵੀ ਮੈਂ ਫਰੀ ਸੇਵਾ ਕਰ ਰਿਹਾ ਹਾਂ। ਅਗਰ ਮੰਨਿਆ ਜਾਵੇ ਤਾਂ ਜਿਵੇਂ ਕਿ ਹੋਰ ਵਿਸਾਖੀ ਆ ਗਈ ਅੱਗੇ ਜਾਂ ਸ਼ੋਰ ਦਾ ਵੇਲਾ ਅੱਗੇ ਆਏਗਾ, ਮੈਂ ਉਹਨਾਂ 'ਚ ਵੀ ਫਰੀ ਸੇਵਾ ਕਰਾਂਗਾ। ਜੇ ਵੇਖਿਆ ਜਾਵੇ ਤਾਂ ਇੱਕ ਛੋਟਾ ਵੈਂਟੀਲੇਟਰ ਜਿਹੜਾ ਵਾ ਉਹ ਪੂਰੀ ਦਾ ਪੂਰਾ ਤਿਆਰ ਕੀਤਾ ਗਿਆ। ਨਾਲ ਹੀ ਜੇ ਕਿਸੇ ਦੇ ਬਹੁਤ ਜ਼ਿਆਦਾ ਸੱਟ ਲੱਗ ਜਾਂਦੀ ਆ ਜਾਂ ਭਾਰੀ ਇੰਜਰੀ ਹੋ ਜਾਂਦੀ ਆ, ਤਾਂ ਡਾਕਟਰ ਸਾਹਿਬ ਵੱਲੋਂ ਜਿਹੜਾ ਵਾ ਪੂਰੇ ਦੇ ਪੂਰਾ ਸਟਿਚਿੰਗ ਦਾ ਸਮਾਨ ਵੀ ਸਾਰਾ ਨਾਲ ਰੱਖਿਆ ਗਿਆ। ਡਾਕਟਰ ਸਾਹਿਬ, ਇਹ ਜਿਹੜੀ ਮੈਡੀਸਨ ਜਿੰਨੀ ਆ ਉਹ ਆਪਣੀ ਜੇਬ ਦੇ ਵਿੱਚੋਂ ਤੁਸੀਂ ਦੇ ਰਹੇ ਹੋ ਜਾਂ ਕੋਈ ਸੰਸਥਾ ਵੱਲੋਂ ਤੁਹਾਨੂੰ ਪ੍ਰੋਵਾਈਡ ਕਰਵਾਈ ਜਾ ਰਹੀ ਆ? ਇਹ ਮੈਂ ਆਪਣੇ ਵਹਾਂ ਤੋਂ ਦੇ ਹਾਂ, ਖੁਦ ਆਪਣੇ ਮਤਲਬ ਬਲਬ ਹੀ ਸਭ ਕੁਛ ਕੀਤਾ ਹੈ। ਬਸ ਇਸ ਵਿੱਚ 2 ਬੰਦੇ ਦਾ ਮੇਨ ਰੋਲ ਹੈ, ਜੋ ਕਿ ਇੱਕ ਦੇ ਇਹ ਫਰੈਂਡ ਹੈ। ਮੈਂ ਐਕਚੁਲੀ 5-6 ਸਾਲ ਪਹਿਲੇ ਦੀ ਗੱਲ ਹੈ, ਜਦੋਂ ਮੈਂ ਸ਼ੁਰੂ ਕੀਤੀ ਹੈ ਉਸ ਵੇਲੇ ਮੈਂ ਲਾਗੇ ਕੀਰਤਪੁਰ ਸਾਹਿਬ ਗਿਆ ਸੀਗਾ ਕਿਸੇ ਆਪਣੇ ਪਰਸਨਲ ਕੰਮ, ਅਤੇ ਵਾਪਸੀ ਆਉਂਦੇ ਵੇਲੇ ਇੱਕ ਲੜਕੇ ਦਾ ਐਕਸੀਡੈਂਟ ਹੋਇਆ, ਅਤੇ ਮੈਂ ਕੰਮ ਸਿੱਖਿਆ ਦੇ ਮੈਂ ਉੱਥੇ ਉਹਦੀ ਜਾਨ ਨਹੀਂ ਬਚਾ ਸਕਿਆ। ਅਤੇ ਮੇਰੇ ਦਿਲ ਨੂੰ ਇਹ ਹੋਇਆ ਵੀ ਮੈਂ ਇਸ ਇਲਾਕੇ ਪਾਸੇ ਕੁਛ ਕਹਾਂ ਜੀ, ਕਿ ਮੇਰੇ ਸਾਹਮਣੇ ਕੋਈ ਦਿਖੇ ਤਾਂ ਮੈਂ ਉਹਦੀ ਜਾਨ ਬਚਾ ਸਕਾਂ। ਅਤੇ ਇੱਕ ਵਾਰ ਫਰੈਂਡ ਹੈ USA, ਅਤੇ ਮੈਂ ਉਹਦੇ ਨਾਲ ਗੱਲ ਕੀਤੀ, ਅਤੇ ਉਹ ਮੈਂ ਦੱਸਿਆ ਵੀ ਇੱਥੇ ਐਵੇਂ ਇਹ ਚੱਲ ਰਿਹਾ, ਬੁਲਾਸ਼ਾ ਵੀ ਤੂੰ ਵੀ ਇੱਥੇ ਪ੍ਰੋਵਾਈਡ ਕਰ ਸਕਦਾ। ਮੈਂ ਜਿਵੇਂ ਜਿਵੇਂ ਉਹਨਾਂ ਦੱਸਿਆ ਮੈਂ ਉਵੇਂ ਉਵੇਂ ਕੀਤਾ, ਅਤੇ ਨਾਲ ਦੀ ਨਾਲ ਮੈਂ ਆਪਣੇ ਦੋਸਤਾਂ ਕੋਲ ਜੀਆਂ ਕੋਲ ਕੰਮ ਕਰਦਾ, ਅਤੇ ਮੈਂ ਉਹਨਾਂ ਨੂੰ ਕੁਛ ਦੱਸਿਆ ਵੀ ਆਹ ਕੁਛ ਇੱਦਾਂ ਵੀ ਇਹ ਫਾਇਦਾ ਤਾਂ ਕਹਿੰਦੇ ਆ ਵੀ ਮੈਂ ਆਹ ਹਾਦਸਾ ਹੋਇਆ, ਕਹਿੰਦੇ ਕੋਈ ਗੱਲ ਨਹੀਂ ਵੀ ਆਪਾਂ ਜੋ ਵੀ ਨੂੰ ਚਾਹੀਦਾ ਹੋਵੇ ਆਪਾਂ ਪ੍ਰੋਵਾਈਡ ਕਰਵਾਉਂਦੇ ਹਾਂ। ਅਤੇ ਦੋਸਤਾਂ ਵੀ ਨਹੀਂ ਮੇਰੀ ਹੈਲਪ ਕੀਤੀ ਹੈ, ਵੀ ਉਹੀ ਮੈਂ ਉਹ ਸਭ ਕੁਛ ਕਮਾ ਕੇ ਦਿੱਤਾ ਹੈ। ਜਦਕਿ ਜਦੋਂ ਇਹ ਮੈਂ ਤਿਆਰ ਕੀਤੀ ਸੀਗੀ, ਫਿਰ ਆਪਾਂ DSP ਕਾਲੂ ਸ਼ਾਮ ਅਵਿੰਦਰ ਸਿੰਘ ਕਾਲੂ ਜੀ, ਉਹਨਾਂ ਤੋਂ ਆਪਾਂ ਭਵਿਸ਼ ਲੈ ਕੇ ਸਾਂਝ ਆਪਾਂ ਇਹ ਪੂਰੀ ਮਤਲਬ ਤਿਆਰ ਕੀਤੀ ਹੈਗੀ ਹੈ। ਜੇ ਦੇਖਿਆ ਜਾਵੇ ਤਾਂ ਬਹੁਤ ਖੂਬਸੂਰਤ ਤਸਵੀਰਾਂ ਨੇ ਜਿੱਥੇ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਹਦੀ ਕੋਈ ਕੀਮਤ ਨਹੀਂ ਆ, ਲੇਕਿਨ ਜੇ ਬਚਾਈ ਜਾਵੇ ਤਾਂ ਬਹੁਤ ਵੱਡੀ ਗੱਲ ਆ। ਡਾਕਟਰ ਸਾਹਿਬ ਨੇ ਜਿਸ ਤਰੀਕੇ ਨਾਲ ਦੱਸਿਆ ਕਿ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਹਾਲ ਤੱਕ ਬਚਾ ਸਕੇ ਨੇ। ਅਨੰਦਪੁਰ ਸਾਹਿਬ ਤੋਂ ਕੈਮਰਾਮੈਨ ਸੋਨੀ ਦੇ ਨਾਲ ਸਰਵਣ ਸਿੰਘ ਘੁਮਾਣ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।